कैंसिल कर देंगे, इंडिया की सरकार आएगी तो कैंसिल कर देंगे। नहीं देखो, राहुल जी हमेशा ही ਜਦੋਂ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਹੁੰਦੀ ਆ ਉਹਦੇ ਚੋ ਪਰਿਵਾਰ ਕੋਲ ਜਾਂਦੇ ਆ, ਔਰ ਮੈਂ ਕਹੂੰਗਾ ਇਸ ਤਰ੍ਹਾਂ ਦੇ ਬਹੁਤ ਸਾਰੇ ਪਰਿਵਾਰਾਂ ਕੋਲ ਜਾ ਚੁੱਕੇ ਆ। ਅੱਜ ਕਿਉਂਕਿ ਇੱਥੇ ਲੁਧਿਆਣੇ ਆਏ ਹੋਏ ਸੀ, ਅਸੀਂ ਸਾਰਿਆਂ ਨੇ ਕਿਹਾ ਕਿ ਸਾਹਿਬ ਬਹੁਤ ਗਰੀਬ ਪਰਿਵਾਰ ਦਾ ਬੱਚਾ ਔਰ ਇਹਦਾ ਇਸ ਤਰ੍ਹਾਂ ਅਗਨੀਵੀਰ ਬਣ ਗਿਆ ਸੀ, ਇਹਦਾ ਇਸ ਤਰ੍ਹਾਂ ਹੋ ਗਿਆ, ਤਾਂ ਉਹਨਾਂ ਨੇ ਕਿਹਾ ਮੈਂ ਹਾਂ ਪਾਵਾਂਗਾ। ਇਹ ਤਾਂ ਰਾਹੁਲ ਗਾਂਧੀ ਜੀ ਦਾ ਪ੍ਰਪਨ ਹੈ ਕਿ ਉਹ ਪਰਿਵਾਰ ਨਾਲ ਪੂਰਾ ਅੱਧਾ ਘੰਟਾ ਬੈਠੇ ਰਹੇ, ਉਹਨਾਂ ਦੀ ਹਰ ਸਮੱਸਿਆ ਸੁਣੀ, ਉਹ ਕੀ ਚਾਹੁੰਦੇ ਨੇ ਉਹ ਗੱਲਾਂ ਸਾਰੀਆਂ ਸੁਣੀਆਂ। ਸਾਨੂੰ ਉਹ ਕਿਹਾ ਕਿ ਭਾਈ ਇਲੈਕਸ਼ਨ ਤੋਂ ਬਾਅਦ ਪਰਿਵਾਰ ਨਾਲ ਬੈਠ ਕੇ ਇਹ ਜਿਹੜੇ ਜਿਹੜੇ ਇਹਨਾਂ ਦੇ ਮਸਲੇ ਹੱਲ ਕਰੋ, ਔਰ ਅਸੀਂ ਸਾਰੇ ਮਸਲੇ ਹੱਲ ਕਰਾਂਗੇ। ਹੋਰ ਕੀ ਭਰੋਸਾ ਦੇ ਕੇ ਜਿਸ ਤਰ੍ਹਾਂ ਸ਼ੁਰੂ ਤੋਂ ਹੀ ਜਿਹੜਾ ਵਿਰੋਧ ਕਰਦੇ ਆ ਰਹੇ ਹੋ, ਤੇ ਕੀ ਭਰੋਸਾ ਦੇ ਕੇ? ਨਹੀਂ ਉਹ ਤੇ ਸਾਡਾ ਤਾਂ ਦੇਖੋ ਕਾਂਗਰਸ ਪਾਰਟੀ ਦਾ ਤਾਂ ਸਾਡੇ ਘੋਸ਼ਣਾ ਪੱਤਰ 'ਚ ਹੀ ਲਿਖਿਆ ਹੋਇਆ, ਅਸੀਂ ਸਾਡੀ ਸਰਕਾਰ ਬਣਦੇ ਹਾਂ ਅਗਨੀਵੀਰ ਖਤਮ ਕਰਨੀ ਆ, ਔਰ ਜਿਹੜੀ ਨੋਰਮਲ ਪੈਨਸ਼ਨ ਵਾਲੀ ਭਰਤੀ ਹੁੰਦੀ ਸੀ ਆਰਮੀ ਦੀ ਉਹ ਅਸੀਂ ਸ਼ੁਰੂਆਤ ਕਰਾਂ, ਅਸੀਂ ਤੇ ਇਸ ਕਹੀ ਵੀ ਨਹੀਂ ਚਾਹੁੰਦੇ। ਹਾਂਜੀ ਬਹੁਤ ਮਾਣ ਆ ਮੈਨੂੰ, ਮੇਰੇ ਪੁੱਤ ਤੇ ਵੀ, ਮੈਨੂੰ ਜਿਹਨੇ ਮੇਰਾ ਦੁੱਖ ਆਣ ਕੇ ਘਰੇ ਬੈਠ ਕੇ ਸੁਣਿਆ, ਮੈਨੂੰ ਬਹੁਤ ਮਾਣ ਆ ਮੇਰੇ ਪੁੱਤ ਤੇ ਵੀ, ਮੈਨੂੰ ਜਿਹੜੇ ਮੇਰੇ ਮਾਤਾ ਮਿਲ ਕੇ ਗਏ ਨੇ। ਭਰੋਸਾ ਦੇ ਕੇ ਗਏ ਆ ਵੀ ਜਿਹੜੀ ਅਗਨੀਵੀਰ ਚਲਾਈ ਆ ਨਾ ਇਹਨਾਂ ਨੇ, ਮੋਦੀ ਨੇ ਖਤਮ ਕਰਨੀ ਆ, ਜੇ ਕੋਈ ਗਾਹਾਂ ਨਾ ਇੱਦਾਂ ਦਾ ਕੰਮ ਹੋਵੇ ਬੱਚੇ ਨੇ ਕਿਸੇ। ਜਿਹੜੀ ਅਗਨੀਵੀਰ ਯੋਜਨਾ ਹੈ ਖਤਮ ਕਰਨਗੇ, ਕਿਉਂਕਿ ਜਿੱਦਾਂ 6 ਮਹੀਨੇ ਦੀ ਟ੍ਰੇਨਿੰਗ ਆਪਾਂ ਸਿੱਧਾ ਹੀ ਬਾਰਡਰ ਤੇ ਭੇਜ ਦਿੰਦੇ ਆ, ਬੱਚੇ ਦੀ ਟ੍ਰੇਨਿੰਗ ਘੱਟ ਹੁੰਦੀ ਆ, ਸ਼ਹੀਦੀ ਕੋਈ ਕੈਟਾਗਰੀ ਨਹੀਂ, ਇਹਨਾਂ ਨੇ ਕੈਟਾਗਰੀ ਚ ਵੰਡ ਦਿੱਤਾ ਹੈ ਸ਼ਹੀਦਾਂ ਨੂੰ, ਯੋਜਨਾ ਬੰਦ ਕਰਾਂਗੇ ਸਾਡੀ ਸਰਕਾਰ ਆਉਂਦੀ ਹੈ। ਕਿਸ ਤਰ੍ਹਾਂ ਮੈਂ ਆਪ ਸੁਣਦਾ ਕਿ ਹੋਰ ਵੀ ਦੇਖੇ ਸ਼ਹੀਦ ਲੈ ਕੇ, ਪਰ ਪੰਜਾਬ ਦੇ ਸ਼ਹੀਦ ਨੂੰ ਉਹਨਾਂ ਨੇ ਚੁਣਿਆ ਕਿ ਪਰਿਵਾਰ ਨਾਲ ਜਾ ਕੇ ਅਸੀਂ ਮੁਲਾਕਾਤ ਕਰ ਲਈਏ, ਦੁੱਖ ਵੰਡਾਉਣਾ ਹੈ, ਮਾਣ ਹੈ ਸਾਨੂੰ। ਚਲੋ ਸਾਡਾ ਭਰਾ ਸਾਨੂੰ ਕਦੇ ਵਾਪਸ ਤਾਂ ਨਹੀਂ ਮਿਲ ਸਕਦਾ, ਪਰ ਸਾਨੂੰ ਕੋਈ ਜਾਣਦਾ ਵੀ ਨਹੀਂ ਸੀਗਾ, ਅੱਜ ਸਾਡੇ ਭਰਾ ਦੇ ਕਰਕੇ ਸਾਨੂੰ ਇੰਨੀ ਦੁਨੀਆ ਜਾਣਦੀ ਹੈ। ਅਸੀਂ ਕਹਿੰਦੇ ਹਾਂ ਘਰ ਘਰ ਸਾਡੇ ਭਰਾ ਘਰ ਘਰ ਜਨਮ ਲਵੇ, ਮਾਣ ਆ ਸਾਨੂੰ ਸਾਡੇ ਭਰਾ। ਪਹਿਲਾਂ ਵੀ ਕਦੇ ਗੱਲਬਾਤ ਹੋਈ ਸੀ ਇਹਨਾਂ ਨੂੰ ਮਿਲਣ ਦੀ, ਜਾਂ ਹੋਟਲ ਤੋਂ ਪਹਿਲਾਂ ਗੱਲਬਾਤ ਜਾਂ ਬਾਅਦ ਵਿੱਚ? ਹਾਂਜੀ ਉਹਨਾਂ ਨੇ ਸਾਡੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਉਹ ਸਾਡੇ ਨਾਲ ਬੈਠ ਕੇ ਮੰਮੀ ਪਾਪਾ ਨਾਲ ਗੱਲ ਕਰਕੇ ਗਏ ਨੇ, ਸਾਡਾ ਦੁੱਖ ਸੁੱਖ ਸਾਂਝਾ ਕਰਕੇ ਗਏ ਨੇ, ਤੇ ਅਗਨੀਵੀਰ ਯੋਜਨਾ ਕਹਿ ਕੇ ਗਏ ਨੇ ਕਿ ਵੀ ਜਦੋਂ ਸਾਡਾ ਸਰਕਾਰ ਆਊਗੀ ਅਸੀਂ ਇਹ ਯੋਜਨਾ ਨੂੰ ਬੰਦ ਕਰਾਂਗੇ। ਹਾਂਜੀ ਸਕੂਲ ਦਾ ਨਾਮ ਚੇਂਜ ਕਰਤਾ ਉਹਨਾਂ ਨੇ, ਬਾਕੀ ਹਜੇ ਕੁਛ ਨਹੀਂ ਕੀਤਾ ਨਾ ਸਟੈਚੂ ਵਗੈਰਾ, ਅਸੀਂ ਚਾਹੁੰਦੇ ਹਾਂ ਜਲਦੀ ਤੋਂ ਜਲਦੀ ਜੋ ਵੀ ਮੰਗਾਂ ਸਾਡੀਆਂ ਸੀਗੀਆਂ ਪੂਰੀਆਂ। ਨਹੀਂ ਨਹੀਂ ਇਹ ਪਹਿਲਾਂ ਤਾਂ ਮਿਲਣਾ ਚਾਹ ਰਹੇ ਸੀਗੇ, ਥੋੜੇ ਜਿਹੇ ਫੈਮਿਲੀ ਪ੍ਰੋਬਲਮ ਕਰਕੇ ਅਸੀਂ ਮਿਲੇ ਨਹੀਂ ਸੀਗੇ, ਤੇ ਇਸ ਕਰਕੇ ਆਪ ਹੀ ਘਰ ਆਏ। ਮੇਰਾ ਨਾਮ ਚਰਨਜੀਤ ਸਿੰਘ ਹੈ, ਜਾਮਬਨ ਮੱਤ। ਮੇਰਾ ਬੇਟਾ ਅਜੀ ਕੁਮਾਰ ਸੀ, ਇਹ ਦੋਆ ਰਿਜ਼ੋਰ ਜੰਮੂ ਕਸ਼ਮੀਰ ਦੀ ਪੂਰੀ ਰਾਹੁਲ ਗਾਂਧੀ ਆਏ ਬਿਲਕੁਲ, ਉਹ ਸਾਡੇ ਨਾਲ ਵਾਅਦਾ ਕਰ ਦਿੱਤਾ ਹੈ ਜੀ, ਜਦੋਂ ਸਾਡੀ ਸਰਕਾਰ ਆਉਂਦੀ ਆ ਤਾਂ ਅਸੀਂ ਪੈਨਸ਼ਨ ਵਗੈਰਾ ਲਾਵਾਂਗੇ, ਬੇਟੀ ਨੌਕਰੀ ਵੀ ਲਾਵਾਂਗੇ, ਜਿਹੜੀ ਬਣ ਹੱਕ ਬਣੇ ਜੋ ਵੀ ਸਹੂਲਤ ਰਹਿੰਦੀ ਹੈ ਗਾਂਧੀ
ਉਹ ਤੁਹਾਨੂੰ ਲੈ ਕੇ ਦੇਵਾਂਗੇ, ਜੋ ਵੀ ਤੁਹਾਡੇ ਆਪ ਨੇ ਬੇਟੇ ਦੇ ਗਿਆ ਜੋ ਬਣੇ ਲੈ ਕੇ ਦੇਵਾਂਗੇ ਜੀ। ਫਖਰ ਵੀ ਆ ਤੇ ਥੋੜਾ ਦਰਦ ਵੀ ਮਹਿਸੂਸ ਨੇ, ਬੇਟਾ ਖੋਣ ਦਾ ਬਹੁਤ ਕੰਮ ਹੁੰਦਾ, ਕਿਉਂ ਖਲੋਤਾ ਬੇਟਾ ਭੈਣ ਦਾ ਭਰਾ ਅਜੇ ਵੀ ਅਸੀਂ ਕਿਹਾ ਵੀ ਉਹ ਰੱਦ ਹੋਣੀ ਚਾਹੀਦੀ ਆ, ਜਿਹੜੀ ਆਦਮੀ ਵੀ ਜਿਹੜੀ ਮੁਆਫ ਕਰਾਈ ਆ ਮੋਦੀ ਸਰਕਾਰ ਨੇ ਜ਼ਰੂਰੀ ਆ ਕਿ ਚਾਰ ਸਾਲ ਖਤਮ ਹੋਣੀ। ਅਗਨੀਵੀਰ ਸਕੀਮ ਕੋ ਹਮ ਕੈਂਸਲ ਕਰ ਦੇਂਗੇ, ਇੰਡੀਆ ਕੀ ਸਰਕਾਰ ਆਏਗੀ ਤੋ ਕੈਂਸਲ ਕਰ ਦੇਂਗੇ। ਦੇਖੋ ਰਾਹੁਲ ਜੀ, ਹਮੇਸ਼ਾ ਹੀ ਜਦੋਂ ਵੀ ਕੁਛ ਇਸ ਤਰ੍ਹਾਂ ਦੀ ਘਟਨਾ ਹੁੰਦੀ ਆ ਉਹਦੇ ਚ ਉਹ ਪਰਿਵਾਰ ਕੋਲ ਜਾਂਦੇ ਆ, ਔਰ ਮੈਂ ਕਹੂੰਗਾ ਇਸ ਤਰ੍ਹਾਂ ਦੇ ਬਹੁਤ ਸਾਰੇ ਪਰਿਵਾਰਾਂ ਕੋਲ ਜਾ ਚੁੱਕੇ ਆ। ਅੱਜ ਕਿਉਂਕਿ ਇੱਥੇ ਲੁਧਿਆਣੇ ਆਏ ਹੋਏ ਸੀ, ਅਸੀਂ ਸਾਰਿਆਂ ਨੇ ਕਿਹਾ ਕਿ ਸਾਹਿਬ ਇਹ ਬਹੁਤ ਗਰੀਬ ਪਰਿਵਾਰ ਦਾ ਬੱਚਾ ਔਰ ਇਹਦਾ ਇਸ ਤਰ੍ਹਾਂ ਅਗਨੀਵੀਰ ਬਣ ਗਿਆ ਸੀ, ਇਹਦਾ ਇਸ ਤਰ੍ਹਾਂ ਹੋ ਗਿਆ, ਤੇ ਉਹਨਾਂ ਨੇ ਕਿਹਾ ਮੈਂ ਆਪ ਆਵਾਂਗਾ। ਇਹ ਤਾਂ ਰਾਹੁਲ ਗਾਂਧੀ ਜੀ ਦਾ ਬੜਪਨ ਹੈ ਕਿ ਉਹ ਪਰਿਵਾਰ ਨਾਲ ਪੂਰਾ ਅੱਧਾ ਘੰਟਾ ਬੈਠੇ ਰਹੇ, ਉਹਨਾਂ ਦੀ ਹਰ ਸਮੱਸਿਆ ਸੁਣੀ, ਉਹ ਕੀ ਚਾਹੁੰਦੇ ਨੇ ਉਹ ਗੱਲਾਂ ਸਾਰੀਆਂ ਸੁਣੀਆਂ। ਸਾਨੂੰ ਉਹ ਕਿਹਾ ਕਿ ਭਾਈ ਇਲੈਕਸ਼ਨ ਤੋਂ ਬਾਅਦ ਪਰਿਵਾਰ ਨਾਲ ਬੈਠ ਕੇ ਇਹ ਜਿਹੜੇ ਜਿਹੜੇ ਇਹਨਾਂ ਦੇ ਮਸਲੇ ਹੱਲ ਕਰੋ ਔਰ ਅਸੀਂ ਸਾਰੇ ਮਸਲੇ ਹੱਲ ਕਰਾਂਗੇ। ਹੋਰ ਕੀ ਭਰੋਸਾ ਦੇ ਕੇ ਜਿਸ ਤਰ੍ਹਾਂ ਸ਼ੁਰੂ ਤੋਂ ਹੀ ਜਿਹੜਾ ਵਿਰੋਧ ਕਰਦੇ ਆ ਰਹੇ ਹਾਂ ਤੇ ਕੀ ਭਰੋਸਾ ਦੇ ਕੇ? ਨਹੀਂ ਉਹ ਤੇ ਸਾਡਾ ਤਾਂ ਦੇਖੋ ਕਾਂਗਰਸ ਪਾਰਟੀ ਦਾ ਤਾਂ ਸਾਡੇ ਘੋਸ਼ਣਾ ਪੱਤਰ 'ਚ ਲਿਖਿਆ ਹੋਇਆ, ਅਸੀਂ ਸਾਡੀ ਸਰਕਾਰ ਬਣਦੇ ਹਾਂ ਅਗਨੀਵੀਰ ਖਤਮ ਕਰਨੀ ਆ ਔਰ ਜਿਹੜੀ ਨੋਰਮਲ ਪੈਨਸ਼ਨ ਵਾਲੀ ਭਰਤੀ ਹੁੰਦੀ ਸੀ ਆਰਮੀ ਦੀ ਉਹ ਅਸੀਂ ਸ਼ੁਰੂਆਤ ਕਰਾਂਗੇ, ਅਸੀਂ ਤੇ ਇਹ ਸਕੀਮ ਹੀ ਨਹੀਂ ਚਾਹੁੰਦੇ। ਭਰੋਸਾ ਦੇ ਕੇ ਗਏ ਆ ਵੀ ਜਿਹੜੀ ਅਗਨੀਵੀਰ ਚਲਾਈ ਆ ਨਾ ਇਹਨਾਂ ਨੇ ਮੋਦੀ ਨੇ ਖਤਮ ਕਰਨੀ ਆ, ਜੇ ਕੋਈ ਗਾਹਾਂ ਨਾ ਏਦਾਂ ਦਾ ਕੰਮ ਹੋਵੇ ਬੱਚੇ ਨੇ ਟ੍ਰੇਨਿੰਗ ਘੱਟ ਹੁੰਦੀ ਆ, ਸ਼ਹੀਦੀ ਕੋਈ ਕੈਟਾਗਰੀ ਨੀ, ਇਹਨਾਂ ਨੇ ਕੈਟਾਗਰੀ ਚ ਵੰਡ ਦਿੱਤਾ ਸ਼ਹੀਦਾਂ ਨੂੰ। ਯੋਜਨਾ ਬੰਦ ਕਰਾਂਗੇ ਸਰਕਾਰ ਕਿਸ ਤਰ੍ਹਾਂ? ਮੈਂ ਸੋਚਦਾ ਕਿ ਹੋਰ ਵੀ ਦੇਖੇ ਸ਼ਹੀਦ ਲੈ ਕੇ, ਪਰ ਪੰਜਾਬ ਦੇ ਸ਼ਹੀਦ ਨੂੰ ਉਹਨਾਂ ਨੇ ਚੁਣਿਆ ਕਿ ਉਹ ਪਰਿਵਾਰ ਨਾਲ ਜਾ ਕੇ ਅਸੀਂ ਮੁਲਾਕਾਤ ਕਰਨੀ ਆ, ਦੁੱਖ ਵੰਡਾਉਣਾ ਹੈ। ਮਾਣ ਹੈ ਸਾਨੂੰ, ਚਲੋ ਸਾਡਾ ਭਰਾ ਸਾਨੂੰ ਕਦੇ ਵਾਪਸ ਤਾਂ ਨਹੀਂ ਮਿਲ ਸਕਦਾ, ਪਰ ਸਾਨੂੰ ਕੋਈ ਜਾਣਦਾ ਵੀ ਨਹੀਂ ਸੀਗਾ, ਅੱਜ ਸਾਡੇ ਭਰਾ ਦੇ ਕਰਕੇ ਸਾਨੂੰ ਇੰਨੀ ਦੁਨੀਆ ਜਾਣਦੀ ਹੈ। ਅਸੀਂ ਕਹਿੰਦੇ ਨਾ ਘਰ ਘਰ ਚ ਸਾਡੇ ਭਰਾ ਵਰਗਾ ਜਨਮ ਲਵੇ ਮਾਣ ਆ ਸਾਨੂੰ। ਪਹਿਲਾਂ ਵੀ ਕਦੇ ਗੱਲਬਾਤ ਹੋਈ ਸੀ ਇਹਨਾਂ ਨੂੰ ਮਿਲਣ ਦੀ ਜਾਂ ਵੋਟਾਂ ਤੋਂ ਪਹਿਲਾਂ ਗੱਲਬਾਤ ਜਾਂ ਬਾਅਦ ਵਿੱਚ ਗੱਲਬਾਤ ਕੀ ਹੋਈ ਸਾਰੇ ਉਹਨਾਂ ਨਾਲ? ਹਾਂਜੀ, ਉਹਨਾਂ ਨੇ ਸਾਡੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਉਹ ਸਾਡੇ ਨਾਲ ਬੈਠ ਕੇ ਮੰਮੀ ਪਾਪਾ ਨਾਲ ਗੱਲ ਕਰਕੇ ਗਏ ਨੇ, ਸਾਡਾ ਦੁੱਖ ਸੁੱਖ ਸਾਂਝਾ ਕਰਕੇ ਗਏ ਨੇ ਤੇ ਅਗਨੀਵੀਰ ਯੋਜਨਾ ਨੂੰ ਬੰਦ ਕਹਿ ਕੇ ਗਏ ਨੇ ਕਿ ਵੀ ਜਦੋਂ ਸਾਡਾ ਸਰਕਾਰ ਆਊਗੀ ਅਸੀਂ ਯੋਜਨਾ ਨੂੰ ਬੰਦ ਕਰਾਂਗੇ। ਨਹੀਂ ਜੀ, ਬਿਲਕੁਲ ਨੀ ਸੋਚਿਆ, ਬਸ
ਹਾਂਜੀ ਸਕੂਲ ਦਾ ਨਾਮ ਚੇਂਜ ਕਰਤਾ ਉਹਨਾਂ ਨੇ, ਬਾਕੀ ਹਜੇ ਕੁਛ ਨਹੀਂ ਕੀਤਾ ਨਾ ਸਟੈਚੂ ਵਗੈਰਾ। ਅਸੀਂ ਚਾਹੁੰਦੇ ਹਾਂ ਜਲਦੀ ਤੋਂ ਜਲਦੀ ਜੋ ਵੀ ਮੰਗਾਂ ਸਾਡੀਆਂ ਸੀਗੀਆਂ ਪੂਰੀਆਂ ਕੀਤੀਆਂ ਨੇ। ਨਹੀਂ ਨਹੀਂ ਇਹ ਪਹਿਲਾਂ ਤਾਂ ਮਿਲਣਾ ਚਾਹ ਰਹੇ ਸੀਗੇ, ਥੋੜੇ ਜਿਹੇ ਫੈਮਿਲੀ ਪ੍ਰੋਬਲਮ ਕਰਕੇ ਅਸੀਂ ਮਿਲੇ ਨਹੀਂ ਸੀਗੇ, ਤੇ ਇਸ ਕਰਕੇ ਆਪ ਹੀ ਘਰ ਆਏ। ਮੇਰਾ ਨਾਮ ਚਰਨਜੀਤ ਸਿੰਘ ਹੈ ਜੀ, ਰਾਮਪੁਰ ਤੋਂ। ਇਧਰ ਭਾਈ ਇਧਰ ਆਇਓ। ਮੇਰਾ ਬੇਟਾ ਜੀ ਕੁਮਾਰ ਸ਼ਹੀਦ ਹੋਇਆ ਰਜੌਰੀ ਜੰਮੂ ਕਸ਼ਮੀਰ ਜੀ, ਪੂਰੀ ਰਾਹੁਲ ਗਾਂਧੀ ਆਏ ਗੁਰਦੁਆਰ ਕੋਈ ਸਾਡੇ ਨਾਲ ਵਾਅਦਾ ਕਰ ਚੁੱਕਾ ਹੈ ਜੀ ਸਾਡੀ ਸਰਕਾਰ ਵਗੈਰਾ ਚਾਹਵਾਂਗੇ ਬੇਟੀ ਨੌਕਰੀ ਦੀ ਚਾਹਵਾਂਗੇ ਜੋ ਵੀ ਸਹੂਲਤ ਰਹਿੰਦੀ ਹੈ ਵਾਂਝੀ ਉਹ ਤੁਹਾਨੂੰ ਲੈ ਕੇ ਦੇਵਾਂਗੇ, ਜੋ ਵੀ ਤੁਹਾਡੇ ਹੱਕ ਨੇ ਬੇਟੇ ਦੇ ਜੈ ਜੋ ਬਣੇ ਲੈ ਕੇ ਦੇਵਾਂਗੇ ਜੀ। ਫਖਰ ਵੀ ਆ ਤੇ ਥੋੜਾ ਦਰਦ ਵੀ ਮਹਿਸੂਸ ਨੇ ਕਿ ਬੇਟਾ ਖੋਣ ਦਾ ਬਹੁਤ ਕੰਮ ਹੁੰਦਾ ਕਿਉਂ ਖਲੋਤਾ ਬੇਟਾ ਭੈਣ ਦਾ ਭਰਾ ਅਜੇ ਵੀ ਅਗਨੀ ਵੀ ਅਸੀਂ ਕਿਹਾ ਵੀ ਉਹ ਰੱਦ ਹੋਣੀ ਚਾਹੀਦੀ ਆ ਜਿਹੜੀ ਆਦਮੀ ਵੀ ਜਿਹੜੀ ਮੁਹਿੰਮ ਚਲਾਈ ਆ ਮੋਦੀ ਸਰਕਾਰ ਨੇ ਜੋ ਵੀ ਆ ਚਾਰ ਸਾਲ ਖਤਮ ਹੋਣੀ ਹਾਂਜੀ। ਇੰਡੀਆ ਕੀ ਸਰਕਾਰ ਆਏਗੀ ਤੋ ਕੈਂਸਲ ਕਰਦਾ। ਨਹੀਂ ਦੇਖੋ ਰਾਹੁਲ ਜੀ ਹਮੇਸ਼ਾ ਹੀ ਜਦੋਂ ਵੀ ਕੁਛ ਇਸ ਤਰ੍ਹਾਂ ਦੀ ਘਟਨਾ ਹੁੰਦੀ ਆ ਉਹਦੇ ਚੋਂ ਪਰਿਵਾਰ ਕੋਲ ਜਾਂਦੇ ਆ, ਔਰ ਮੈਂ ਕਹੂੰਗਾ ਇਸ ਤਰ੍ਹਾਂ ਦੇ ਬਹੁਤ ਸਾਰੇ ਪਰਿਵਾਰਾਂ ਕੋਲ ਜਾ ਚੁੱਕੇ ਆ। ਅੱਜ ਕਿਉਂਕਿ ਇੱਥੇ ਲੁਧਿਆਣੇ ਆਏ ਹੋਏ ਸੀ ਅਸੀਂ ਸਾਰਿਆਂ ਨੇ ਕਿਹਾ ਕਿ ਸਾਹਿਬ ਇਹ ਬਹੁਤ ਗਰੀਬ ਪਰਿਵਾਰ ਦਾ ਬੱਚਾ ਔਰ ਇਹਦਾ ਇਸ ਤਰ੍ਹਾਂ ਅਗਨੀਵੀਰ ਬਣ ਗਿਆ ਸੀ, ਇਹਦਾ ਇਸ ਤਰ੍ਹਾਂ ਹੋ ਗਿਆ ਤੇ ਉਹਨਾਂ ਨੇ ਕਿਹਾ ਮੈਂ ਆਪ ਆਵਾਂਗਾ। ਜਿੱਦਾਂ ਰਾਹੁਲ ਗਾਂਧੀ ਜੀ ਦਾ ਬੜੱਪਣ ਹੈ ਕਿ ਉਹ ਪਰਿਵਾਰ ਨਾਲ ਪੂਰਾ ਅੱਧਾ ਘੰਟਾ ਬੈਠੇ ਰਹੇ, ਉਹਨਾਂ ਦੀ ਹਰ ਸਮੱਸਿਆ ਸੁਣੀ, ਉਹ ਕੀ ਚਾਹੁੰਦੇ ਨੇ ਉਹ ਗੱਲਾਂ ਸਾਰੀਆਂ ਸੁਣੀਆਂ। ਸਾਨੂੰ ਉਹ ਕਿਹਾ ਕਿ ਭਾਈ ਇਲੈਕਸ਼ਨ ਤੋਂ ਬਾਅਦ ਪਰਿਵਾਰ ਨਾਲ ਬੈਠ ਕੇ ਇਹ ਜਿਹੜੇ ਜਿਹੜੇ ਇਹਨਾਂ ਦੇ ਮਸਲੇ ਹੱਲ ਕਰੋ ਔਰ ਅਸੀਂ ਸਾਰੇ ਮਸਲੇ ਹੱਲ ਕਰਾਂਗੇ। ਨਹੀਂ ਉਹ ਤੇ ਸਾਡਾ ਤਾਂ ਦੇਖੋ ਕਾਂਗਰਸ ਪਾਰਟੀ ਦਾ ਤਾਂ ਸਾਡੇ ਘੋਸ਼ਣਾ ਪੱਤਰ ਚ ਲਿਖਿਆ ਹੋਇਆ ਅਸੀਂ ਸਾਡੀ ਸਰਕਾਰ ਬਣਦੇ ਹਾਂ ਅਗਨੀਵੀਰ ਖਤਮ ਕਰਨੀ ਆ ਔਰ ਜਿਹੜੀ ਨਾਰਮਲ ਪੈਨਸ਼ਨ ਵਾਲੀ ਭਰਤੀ ਹੁੰਦੀ ਸੀ ਆਰਮੀ ਦੀ ਉਹ ਅਸੀਂ ਸ਼ੁਰੂਆਤ ਕਰਾਂਗੇ। ਅਸੀਂ ਤੇ ਇਹ ਸਕੀਮ ਹੀ ਨਹੀਂ ਚਾਹੁੰਦੇ। ਭਰੋਸਾ ਦੇ ਕੇ ਗਏ ਆ ਵੀ ਜਿਹੜੀ ਅਗਨੀਵੀਰ ਚਲਾਈ ਆ ਨਾ ਇਹਨਾਂ ਨੇ ਮੋਦੀ ਨੇ ਖਤਮ ਕਰਨੀ ਆ, ਵੀ ਇਹ ਕੋਈ ਗਾਹ ਨਾ ਇਦਾਂ ਦਾ ਕੰਮ ਹੋਵੇ ਬੱਚੇ ਨੇ ਕਿਸੇ ਬਾਰਡਰ ਤੇ ਭੇਜ ਦਿੰਦੇ ਆ ਬੱਚੇ ਦੀ ਟ੍ਰੇਨਿੰਗ ਘੱਟ ਹੁੰਦੀ ਆ ਛੇਤੀ ਕੋਈ ਕੈਟਾਗਰੀ ਨੀ ਜਿਹਨਾਂ ਨੇ ਕੈਟਾਗਰੀ ਚ ਵੰਡ ਦਿੱਤਾ ਹੈ ਸ਼ੀਤਾਂ ਸਾਨੂੰ ਕਦੇ
ਵਾਪਸ ਤਾਂ ਨਹੀਂ ਮਿਲ ਸਕਦਾ, ਪਰ ਸਾਨੂੰ ਕੋਈ ਜਾਣਦਾ ਵੀ ਨਹੀਂ ਸੀਗਾ। ਅੱਜ ਸਾਡੇ ਭਰਾ ਦੇ ਕਰਕੇ ਸਾਨੂੰ ਇੰਨੀ ਦੁਨੀਆਂ ਜਾਣਦੀ ਹੈ। ਅਸੀਂ ਕਹਿੰਦੇ ਘਰ ਘਰ ਸਾਡੇ ਭਰਾ ਵਰਗਾ ਭਰਾ ਜਨਮ ਲਵੇ, ਮਾਣ ਆ ਸਾਨੂੰ ਸਾਡੇ ਭਰਾ। ਪਹਿਲਾਂ ਵੀ ਕਦੇ ਗੱਲਬਾਤ ਹੋਈ ਸੀ ਇਹਨਾਂ ਨੂੰ ਮਿਲਣ ਦੀ, ਜਾਂ ਹੋਟਲ ਤੋਂ ਪਹਿਲਾਂ ਕੋਈ ਗੱਲਬਾਤ ਜਾਂ ਮਾਰੂ ਗੱਲਬਾਤ ਕੀ ਹੋਈ ਸਾਰੇ ਉਹਨਾਂ ਦੀ? ਹਾਂਜੀ, ਉਹਨਾਂ ਨੇ ਸਾਡੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਉਹ ਸਾਡੇ ਨਾਲ ਬੈਠ ਕੇ ਮੰਮੀ ਪਾਪਾ ਨਾਲ ਗੱਲ ਕਰਕੇ ਗਏ ਨੇ, ਸਾਡਾ ਦੁੱਖ ਸੁੱਖ ਸਾਂਝਾ ਕਰਕੇ ਗਏ ਨੇ ਤੇ ਅਗਨੀਵੀਰ ਯੋਜਨਾ ਨੂੰ ਬੰਦ ਕਰਨ ਦੇ ਕਹਿ ਕੇ ਗਏ ਨੇ ਕਿ ਜਦੋਂ ਸਾਡਾ ਸਰਕਾਰ ਆਊਗੀ ਅਸੀਂ ਇਹ ਯੋਜਨਾ ਨੂੰ ਬੰਦ ਕਰਾਂਗੇ। ਹਾਂਜੀ, ਸਕੂਲ ਦਾ ਨਾਮ ਚੇਂਜ ਕਰਤਾ ਉਹਨਾਂ ਨੇ, ਬਾਕੀ ਹਜੇ ਕੁਛ ਨੀ ਕੀਤਾ, ਨਾ ਸਟੈਚੂ ਵਗੈਰਾ। ਅਸੀਂ ਚਾਹੁੰਦੇ ਹਾਂ ਜਲਦੀ ਤੋਂ ਜਲਦੀ ਜੋ ਵੀ ਮੰਗਾਂ ਸਾਡੀਆਂ ਸੀਗੀਆਂ ਪੂਰੀਆਂ ਕੀਤੀਆਂ। ਨਹੀਂ ਨਹੀਂ, ਇਹ ਪਹਿਲਾਂ ਤਾਂ ਮਿਲਣਾ ਚਾਹ ਰਹੇ ਸੀਗੇ, ਥੋੜੇ ਜਿਹੇ ਫੈਮਿਲੀ ਪ੍ਰੋਬਲਮ ਕਰਕੇ ਅਸੀਂ ਮਿਲੇ ਨਹੀਂ ਸੀਗੇ ਤੇ ਇਸ ਕਰਕੇ ਆਪ ਹੀ ਘਰ ਆਏ। ਮੇਰਾ ਨਾਮ ਚਰਨਜੀਤ ਸਿੰਘ ਹੈ, ਜਾਮਪੁਰ ਪਰ। ਨਮਸਕਾਰ, ਮੇਰਾ ਬੇਟਾ ਅਜੀਤ ਕੁਮਾਰ ਸ਼ਹੀਦ ਹੋਇਆ ਰਿਜੌਰੀ ਜੀ ਰਾਹੁਲ ਗਾਂਧੀ ਆਏ ਪਰਸਨ, ਉਹ ਸਾਡੇ ਨਾਲ ਵਾਅਦਾ ਕਰ ਚੁੱਕਾ ਹੈ ਸਾਡੀ ਸਰਕਾਰ ਆਉਂਦੀ ਆ ਤਾਂ ਪੈਨਸ਼ਨ ਵਗੈਰਾ ਦੇਵਾਂਗੇ, ਬੇਟੀ ਨੌਕਰੀ ਦੇਵਾਂਗੇ, ਬੇਟੀ ਕੰਡ ਹੱਕ ਵਾਲੇ ਜੋ ਵੀ ਸਹੂਲਤ ਰਹਿੰਦੀ ਹੈ ਵਾਂਝੀ ਉਹ ਤੁਹਾਨੂੰ ਲੈ ਕੇ ਦੇਵਾਂਗੇ, ਜੋ ਵੀ ਤੁਹਾਡੇ ਹੱਕ ਨੇ ਬੇਟੇ ਦੇ ਗੈ ਜੋ ਬਣੇ ਲੈ ਕੇ ਦੇਵਾਂਗੇ ਜੀ। ਬੇਟਾ ਹੋਣ ਦਾ ਬਹੁਤ ਕੰਮ ਹੁੰਦਾ, ਕਿਉਂ ਖਲੋਤਾ ਬੇਟਾ ਭੈਣ ਦਾ ਭਰਾ ਅਜੇ ਵੀ ਅਸੀਂ ਕਿਹਾ ਵੀ ਉਹ ਰੱਦ ਹੋਣੀ ਚਾਹੀਦੀ ਆ ਇੰਡੀਆ ਕੀ ਸਰਕਾਰ ਆਏਗੀ ਤੋ ਕੈਂਸਲ ਕਰ ਦੇਗੀ।